ਯਾਵਾਤ ਲਾਵਾ ਅਸਲਾਮੁਅਲੈਕਮ ਦੋਸਤੋ ਮੈਂ ਆ ਤੁਹਾਡਾ ਵੀਰ ਮਲਕ ਐਮਬੀ ਸ਼ਾਕਰ ਤੇ ਤੁਸੀਂ ਵੇਖ ਰਿਹਾ ਹੋ ਸਾਡਾ YouTube ਚੈਨਲ ਪਾਕਸਤਾਨੀ ਟੀਵੀ ਦੋਸਤੋ ਅੱਜ ਅਸੀਂ ਮੌਜੂਦ ਆ ਕਬੱਡੀ ਦੇ ਪਲੇਅਰ ਨੇ ਸਾਡੇ ਨਾਲ ਮੌਜੂਦ ਮਿਰਜ਼ਾ ਰਾਸ਼ਦ ਸਾਹਿਬ ਕੰਗਨਪੁਰ ਤੋਂ ਨੇ ਤੇ ਆਓ ਇਹਨਾਂ ਨਾਲ ਗੱਲਬਾਤ ਕਰਨੇ ਆ ਅਸਲਾਮੁਅਲੈਕਮ ਮਿਰਜ਼ਾ ਸਾਹਿਬ ਵਾਲੇਕੁਮ ਸਲਾਮ ਮਿਰਜ਼ਾ ਸਾਹਿਬ ਕੀ ਹਾਲ ਨੇ ਤੁਹਾਡੇ ਠੀਕ ਠਾਕ ਜੀ ਨਾਲ ਅੱਲਾਹ ਦਾ ਸ਼ੁਕਰ ਹੈ ਜੀ ਫਿਰਫਾ ਮਿਰਜ਼ਾ ਸਾਹਿਬ ਇੱਕ ਕਬੱਡੀ ਚ ਤੁਹਾਨੂੰ ਆਹ ਦਾ ਕਿਵੇਂ ਸ਼ੌਕ ਪੈਦਾ ਹੋਇਆ ਤੇ ਕੀ ਕਾਰਗਰ ਕੀ ਤੁਸੀਂ ਅੱਜ ਤੱਕ ਕਰਵਾਈ ਹੈ ਆਪਣੀ ਮੈਂ ਜੀ 2015 ਵਿੱਚ ਸ਼ੁਰੂ ਕੀਤੀ ਕਬੱਡੀ ਜੀ ਜੀ ਤੇ ਫਰੂਗ ਰਾਈ ਹੈਗਾ ਜੀ ਆਪਣਾ ਰਾਇਆਂ ਵਾਲੇ ਦਾ ਜੀ 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 ਉਹਨਾਂ ਦੇ ਵੇਤ ਮੈਨੂੰ ਸ਼ੌਕ ਪਿਆ ਜੀ ਜੀ ਉਹ ਵੀ ਮੇਰਾ ਉਸਤਾਦ ਹੈ ਤੇ ਉਹਨੇ ਮੈਨੂੰ ਇੱਥੋਂ ਦੇ ਕੱਲਿਆਂ ਦਾ ਜੀ ਜੀ ਬਿਲਕੁਲ ਠੀਕ ਹੋ ਤੇ ਬਹੁਨੀਆਂ ਦੋਨਾਂ ਖੇਡਦੇ ਫਿਰਨੇ ਮਾਸ਼ੱਲਾ ਮਾਸ਼ੱਲਾ ਬੜੀ ਗੱਲ ਹੈ ਤੇ ਯਾਨੀ ਕਿ ਉਹ ਤੁਹਾਡੇ ਉਸਤਾਦ ਉਹ ਨੇ ਹਾਂ ਜੀ ਮਿਰਜ਼ਾ ਸਾਹਿਬ ਤੁਸੀਂ ਸਾਨੂੰ ਜਨਾਬ ਇਹ ਦੱਸੋ ਕਿ ਤੁਸੀਂ ਕਬੱਡੀ ਚਾਹੇ ਮਾਸ਼ਾਅੱਲਾ ਕਬੱਡੀ ਦਾ ਤੁਹਾਨੂੰ ਸ਼ੌਕ ਪਿਆ ਤੇ ਤੁਹਾਡਾ ਕਿਸੇ ਵੱਡੇ ਪਾਕਿਸਤਾਨ ਦੀ ਟੀਮ ਦਾ ਵੱਡੇ ਕਿਸੇ ਪਲੇਅਰ ਨਾਲ ਚੈਂਪੀਅਨ ਨਾਲ ਕਿਸੇ ਐਸੀ ਨਾਲ ਤੁਹਾਡਾ ਸਾਹਮਣਾ ਹੋਇਆ ਕਿ ਉਹਦੇ ਤੋਂ ਤੁਸੀਂ ਹਾਰੇ ਜਾਂ ਜਿੱਤੇ ਜ਼ਰਾ ਦੱਸੋ ਹਾਂ ਸਾਡੇ ਹਾਂਜੀ ਬੜਾ ਨਾਲ ਹੋਇਆ ਜੀ ਮੁਸ਼ਰਫ ਜੰਜਵੇ ਨਾਲ ਹੋਇਆ ਸਾਹਮਣਾ ਜੀ 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 ਬਿਲਕੁਲ ਮਾਨੇ ਜੱਟ ਨਾਲ ਵੀ ਹੋਇਆ ਜੀ ਸਾਹਮਣਾ ਜੀ 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 ਤੇ ਹੋਰ ਵੀ ਕਾਫੀ ਪਲੇਅਰ ਨੇ ਜਿੰਨਾ ਸਾਹਮਣਾ ਨਿਹਰਾ ਹੋਇਆ ਜੀ 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 ਤੇ ਬਸ ਅੱਲਾ ਦਾ ਸ਼ੁਕਰ ਹੈ ਜੀ ਜਿੱਤੇ ਹੀ ਆਪਾਂ ਇੱਕੋ ਪਠਾਨ ਪਠਾਨ ਸਾਹਿਬ ਨੇ ਕੀ ਨਾ ਉਹਨਾਂ ਦਾ ਅਫਤਰ ਖਾਨ ਅਫਤਰ ਖਾਨ ਹਾਂ ਜੀ ਉਹਨਾਂ ਨਾਲ ਨਹੀਂ ਰابطਾ ਹੋਇਆ ਬੜਾ ਬੜਾ ਜੀ ਬੜਾ ਸਾਹਮਣਾ ਹੈ ਬਹੁਤ ਦਫਾ ਹੋਇਆ ਜੀ ਉਹਨਾਂ ਨਾਲ ਸਾਹਮਣਾ ਤੇ ਕੀ ਲਾਦ ਰਾਇ ਜੀ ਅੱਲਾ ਦਾ ਸ਼ੁਕਰ ਹੈ ਬਹੁਤ ਇੱਜ਼ਤ ਮਿਲੀ ਜੀ ਅੱਲਾ ਦਾ ਸ਼ੁਕਰ ਹੈ ਜਿੱਤ ਕੇ ਆਏ ਹਾਂ ਜੀ ਖਾਣੇ ਪੀਣੇ ਕਿ ਕਬੱਡੀ ਹੋਈ ਸੀ ਹਾਂ ਖਾਣੇ ਪੀਣੇ ਕਿ ਹੋਈ ਸੀ ਮੈਂ ਉੱਥੇ ਤੁਹਾਡਾ ਉਹ ਤਕਰੀਬਨ ਦੇਖ ਰਿਹਾ ਸੀ ਇੰਟਰਵਿਊ ਕਰ ਰਿਹਾ ਸੀ ਮੈਂ ਹਾਂਜੀ ਜਨਾਬ ਇੱਕ ਮੈਂ ਤੁਹਾਡੀ ਕਬੱ ਤੇ ਮੈਂ ਤੁਹਾਡੀ तकरीबन ਅੱਧੀ ਕਬੱਡੀ ਮਿਸ ਕਰ ਗਿਆ ਤੁਸੀਂ ਇੱਕ ਬੰਦੇ ਤੋਂ ਜਨਾਬ ਛਲਾਂਗ ਲਾ ਕੇ ਅੱਗੇ ਗੁਜ਼ਰੇ ਤੇ ਕਿਆ ਬਾਤ ਜੰਪ ਲਾ ਕੇ ਜਨਾਬ ਕਿਆ ਬਾਤ ਹੈ ਬੜਾ ਮਜ਼ਾ ਆਇਆ ਤੇ ਕੀ ਮਸਲਨ ਕਿੰਨੀਆਂ ਤੁਸੀਂ ਉਸੇ ਕਬੱਡੀਆਂ ਕੀਤੀਆਂ ਸਾਨੂੰ ਬਸ ਜੀ ਸਿਆਂ ਦੇ ਇੱਕ ਕੌਡੀ ਆਈ ਕਬੱਡੀ ਬਹੁਤ ਲੇਟ ਸ਼ੁਰੂ ਹੋਈ ਸੀ ਸ਼ਾਮ ਟਾਈਮ ਹੋਈ ਸੀ ਕਿਉਂ ਪਲੇਅਰ ਕਾਫੀ ਜਿਹੜੇ ਨਾ ਇਹ ਲੇਟ ਪਹੁੰਚੇ ਸੀ ਉੱਥੇ ਜੀ ਜੀ ਤੇ ਬਸ ਉਹ ਘੰਟਾ ਡੇਢ ਹੀ ਮਿਲਿਆ ਤੇ ਫਿਰ ਕਾਫੀ ਪਲੇਅਰਸ ਫਿਰ ਇੱਕ ਇੱਕ ਦਫਾ ਹੀ ਗਿਆ ਮੈਂ ਜੀ ਜੀ ਅੱਛਾ ਜੀ ਕਬੱਡੀ ਦਾ ਮਾਸ਼ਾਲਾ ਤੁਸੀਂ ਅੱਛੇ ਪਲੇਅਰ ਹੋ ਇਹ ਤੇ ਸਾਨੂੰ ਵੀ ਪਤਾ ਹੈ ਲੇਕਿਨ ਅਸੀਂ ਦੋਸਤਾਂ ਨੂੰ ਦੱਸਣਾ ਚਾਹੁੰਦੇ ਸਾਂ ਕਿ ਮਿਰਜ਼ਾ ਰਾਸ਼ ਸਾਹਿਬ ਜਿਹੜੇ ਨੇ ਉਹ ਕਬੱਡੀ ਦੇ ਪਲੇਅਰ ਨੇ ਤੇ ਦੋਸਤਾਂ ਨੂੰ ਅੱਗੇ ਗੁਜ਼ਾਰਿਸ਼ ਹੈ ਕਿ ਕੋਸ਼ਿਸ਼ ਕਰਿਆ ਕਰੋ ਕਿ ਇਹਨਾਂ ਦਾ ਕਬੱਡੀ ਦਾ ਮੈਚ ਵੇਖਿਆ ਕਰੋ ਮੈਂ ਕੋਸ਼ਿਸ਼ ਕਰਾਂਗਾ ਇਹਦਾ ਜਦੋਂ ਵੀ ਇਹਨਾਂ ਦਾ ਕੋਈ ਕਬੱਡੀ ਦਾ ਮੈਚ ਹੋਏਗਾ ਮੈਂ ਦੋਸਤਾਂ ਨੂੰ ਵਾਹਾਂਗਾ ਅੱਛਾ ਮਿਰਜ਼ਾ ਸਾਹਿਬ ਇਸ ਤੋਂ ਇਲਾਵਾ ਤੁਸੀਂ ਟਿਕਟੋਕਰ ਵੀ ਹੋ ਹਾਂਜੀ ਟਿਕਟੋਕ ਤੇ ਤੁਸੀਂ ਕਿੰਨਾ ਕੁ ਫੇਮਸ ਹੋ ਜਾਂ ਕੀ ਸਿਸਟਮ ਹੈ જરા ਸਾਡੇ ਦੋਸਤਾਂ ਨੂੰ ਬਾਜੀ ਸਟੰਡਾਂ ਦਾ ਸ਼ੌਕ ਹੈ ਮੈਨੂੰ ਜੀ ਜੀ ਤੇ ਮੇਰੇ ਟਿਕਟੋਕ ਚਲਦੇ ਵੀ ਸਟੰਡ ਹੀ ਨੇ ਲਿਪਸਿੰਗ ਵਗੈਰਾ ਮੇਰੇ ਯਾਨੀ ਕਿ ਕਾਉਂਟ ਤੋਂ ਨਹੀਂ ਵੀਡੀਓ ਚੱਲਦੀਆਂ ਮੈਂ ਸਟੰਡ ਕਰਾਂਗਾ ਤੇ ਮੇਰੇ ਸਟੰਡ ਚੱਲਦੇ ਨੇ ਉਹ ਸਟੰਡ ਕਰਾਂ ਤਾਂ 5-5 ਮਿਲੀਅਨ ਵੀ ਚੱਲ ਗਈਆਂ ਨੇ ਵੀਡੀਓ ਮੇਰੀ ਕੀ ਬਾਤ ਹੈ ਕੀ ਬਾਤ ਸ਼ਹਾਦਾ ਮਿਲੀਅਨ ਮਿਲੀਅਨ ਚੱਲੀਆਂ ਨੇ 5-5 ਲੱਖ ਵੀ ਚੱਲੀਆਂ ਨੇ ਲੇਕਿਨ ਸਟੰਡ ਕਰਾਂਗਾ ਤਾਂ ਤੁਸੀਂ ਤੇ ਇਹਦਾ ਮਤਲਬ ਹੈ ਤੁਸੀਂ ਸਟਾਰ ਹੋ ਹਾਂਜੀ ਬਿਲਕੁਲ ਕੀ ਬਾਤ ਹੈ ਕੀ ਬਾਤ ਤੁਸੀਂ ਕੀ ਖਾਂਦੇ ਹੋ ਅਹਰ ਤੁਸੀਂ ਕਬੱਡੀ ਖੇਡਦੇ ਹੋ ਤੇ ਕੋਈ ਖਰਾਕ ਵੀ ਤੇ ਹੋਣੀ ਚਾਹੀਦੀ ਹੈ ਨਾ ਇਹਨਾਂ ਦਾ ਖਰਾਕ ਕੀ ਖਾ ਰਹੇ ਹੋ ਅੱਜਕੱਲ ਖਰਾਕ ਜੀ ਸਵੇਰ ਉੱਠੀ ਦਾ ਯਾ ਸਾਡੇ ਯਾਨੀ ਕਿ ਕਬੱਡੀ ਦਾ ਕੋ ਪਲੇਅਰ ਬੰਨਾ ਚਾਹਦਾ ਤਾਂ ਉਹਨੂੰ ਕੀ ਖੁਰਾਕ ਖਾਣੀ ਚਾਹੀਦੀ ਹੈ ਬਾਈ ਖੁਰਾਕ ਇਹੋ ਹੀ ਹੈ ਮਮੋਲੀ ਜੀ ਇਸ ਹਿਸਾਬ ਨਾਲ ਵੀ ਅੰਡੇ ਦੁੱਧ ਜੀ ਜੀ ਬੱਕਰੇ ਦਾ ਕੀਮਾ ਹੈ ਜੀ ਜੀ ਔਰ ਟ੍ਰੇਨਿੰਗ ਟ੍ਰੇਨਿੰਗ ਸਭ ਤੋਂ ਜ਼ਰੂਰੀ ਹੈ ਜੀ ਮਿਰਜ਼ਾ ਸਾਹਿਬ ਤੁਸੀਂ ਤੇ ਮਾਸ਼ਾ ਅੱਲਾਹ ਪੁੱਛਦੇ ਫੱਬਦੇ ਬੰਦੇ ਹੋ ਤੇ ਕੋਈ ਸਾਡੇ ਰੰਗਾ ਮਾੜਾ ਬੰਦਾ ਵੀ ਨੂਏ ਸ਼ੌਕ ਵੇ ਕਬੱਡੀ ਦਾ ਤੇ ਉਹ ਆਂਡੇ ਦੁੱਧ ਉਹਨਾਂ ਨਾਲ ਬੇ ਤੇ ਉਹ ਕੀ ਕਰਨ ਇਸ ਬਸ ਜੇ 1 ਕਿਲੋ ਦੁੱਧ ਬੰਦਾ ਪੀ ਸਕਦਾ ਹੈ ਨਾ ਜੀ ਜੀ ਤੇ ਉਹ ਪੁਲਵਾਨੀ ਕਰ ਲਿਆਗਾ ਕੀ ਬਾਤ ਹੈ ਮਾਸ਼ਾ ਅੱਲ ਇਹ ਗੱਲ ਹੋਈ ਨਾ ਟ੍ਰੇਨਿੰਗ ਜ਼ਰੂਰੀ ਹੈ ਜੀ ਟ੍ਰੇਨਿੰਗ ਜ਼ਰੂਰੀ ਹੈ ਦੇ ਵਿੱਚ ਤੁਸੀਂ ਅੱਜ ਕੱਲ ਕੀ ਕਰ ਰਹੇ ਹੋ ਟ੍ਰੇਨਿੰਗ ਕਰ ਰਹੇ ਹੋ ਜਾਂ ਹਾਂ ਜੀ ਮੈਂ ਕਰਤਾ ਪਿਆ ਜੀ ਕਿਹੜੀ ਜਗ੍ਹਾ ਤੇ ਕੋਈ ਮਹਿੰਗੀ ਜਗ੍ਹਾ ਹਾਂਜੀ ਹੈ ਜਗ੍ਹਾ ਨਾਲ ਨਹਿਰ ਤੇ ਮੈਂ ਕਰਨਾ ਜੀ ਰੇਤ 'ਚ ਕੀ ਬਾਤ ਹੈ ਤੇ ਤੁਸੀਂ ਕੋਈ ਸਟੰਡ ਵਹਾ ਸਕਦੇ ਹੋ ਸਾਡੇ ਦੋਸਤਾਂ ਨੂੰ ਬਿਲਕੁਲ ਜਿੰਨੇ ਆਖੋ ਸਟੰਡ ਵਹਾ ਦਿਆਂਗੇ ਜਿੰਮ ਵੀ ਇਹਨਾਂ ਦਾ ਆਪਣਾ ਹੈ ਅੱਛਾ ਮਾਸ਼ ਲੋ ਜੀ ਇਹ ਸਾమే ਇਹ ਸਾਡੇ ਭਾਈ ਰਾਸ਼ੇ ਸਾਹਿਬ ਨੇ ਇਹਨਾਂ ਦਾ ਕੰਗਨਪੁਰ ਜਿਮ ਹੀ ਹੈ ਅਗਰ ਕਿਸੇ ਦੋਸਤ ਨੇ ਜਿਮ ਚ ਆਪਣੀ ਪ੍ਰੈਕਟਿਸ ਵਗੈਰਾ ਕਰਨੀ ਹੋਵੇ ਤਾਂ ਉਹ ਆ ਸਕਦੇ ਨੇ ਜਨਾਬ ਇਹਨਾਂ ਕੋਲ ਕੰਗਨਪੁਰ ਜਿਮ ਇਹਨਾਂ ਦਾ ਤੇ ਮਿਰਜ਼ਾ ਸਾਹਿਬ ਤੁਸੀਂ ਟਿਕਟੌਕ ਤੇ ਸਟੰਡ ਵੀ ਕਰ ਲੈਂਦੇ ਗਿਆ ਆਹ ਉਹ ਤੇ ਉਹ ਤੇ ਬਿਲਕੁਲ ਇਹ ਤੇ ਗੱਲ ਆਇਆ ਨਾ ਉਹ ਤੇ ਆਹ ਉਹ ਤੇ ਕਰਦੇ ਨੇ ਉਹ ਤੇ ਦੇਖਨੇ ਆ ਨਾ ਹੁਣ ਇਹਨਾਂ ਨੂੰ ਉਹ ਤੇ ਬਿਲਕੁਲ ਉਹ ਦੇਖਣਾ ਚੈੱਕ ਕਰਨ ਆ ਜੀ ਦੋਸਤੋ ਸਾਡੇ ਨਾਲ ਮੌਜੂਦ ਸਨ ਮਿਰਜ਼ਾ ਰਾਸ਼ੇ ਸਾਹਿਬ ਕੰਗਨਪੁਰ ਤੋਂ ਤੇ ਤੁਸੀਂ ਇਹਨਾਂ ਦੀ ਗੁਫ਼ਤਗੂ ਸੁਣ ਰਿਹਾ ਸੀ ਤੇ ਅਸੀਂ ਉਹਨਾਂ ਨੂੰ ਜਨਾਬ ਬਾਹਰ ਕੋਈ ਇਹਨਾਂ ਕੋ ਸਟੈਂਡਰਡ ਵਗੈਰਾ ਕਰਵਾਣੇ ਆ ਤੇ ਤੁਹਾਨੂੰ ਦੋਸਤਾਂ ਨੂੰ ਵੀ ਵਹਾਨੇ ਆ ਆ ਬਿਲਕੁਲ ਬਿਲਕੁਲ ਯਾਰ ਸਵਾਲ ਤੇ ਰਹਿ ਗਿਆ ਅੱਛਾ ਮਿਰਜ਼ਾ ਸਾਹਿਬ ਕਿੰਨੇ ਬੱਚੇ ਨੇ ਤੁਹਾਡੇ ਯਾਰ ਮੇਰੇ ਨਾਲ ਸ਼ਾਦੀ ਹੀ ਨਹੀਂ ਹੋਈ ਉਹ ਯਾਰ ਮਿਰਜ਼ਾ ਸਾਹਿਬ ਬਾਕੀ ਨਹੀਂ ਸ਼ਾਦੀ ਹੋਈ ਨੇ ਚੂੜਾ ਬੋਲ ਰਹਾ ਹੋ ਨਹੀਂ ਨਹੀਂ ਮੇਰੀ ਅਗਲੇ ਮਾਰਚ ਦੇ ਮਹੀਨੇ ਚ ਮੇਰੀ ਸ਼ਾਦੀ ਆਉ ਮਾਸ਼ਾਅੱਲਾ ਮਾਸ਼ਾਅੱਲਾ ਸ਼ਾਦੀ ਹੋ ਰਹੀ ਹੈ ਹਾਂਜੀ ਕਿਆ ਬਾਤ ਹੈ ਤੇ ਸਾਨੂੰ ਕੋ ਇਨਵਾਈਟ ਕਰੋਗੇ ਯਾਰ ਇਨਸ਼ਾਅੱਲਾ ਜ ਤੁਸੀਂ ਨਾ ਹੋ ਤੇ ਗੱਲ ਹੋ ਗਈ ਕਿਆ ਬਾਤ ਮਿਹਰਬਾਨੀ ਤੁਹਾਡੀ ਨਵਾਜ਼ਿਸ਼ ਹੈ ਤੇ ਸ਼ਾਦੀ ਅੱਲਾਹ ਤਾਲਾ ਜਨਾਬ ਤੁਹਾਡੀ ਅਸੀਂ ਵੇਖਾਂਗੇ ਜ਼ਰੂਰ ਵੇਖਾਂਗੇ ਕਿਉਂ ਨਹੀਂ ਅਸੀਂ ਨਹੀਂ ਆਣਾ ਤੇ ਕਿਹਨੇ ਆਣਾ ਤੇ ਕਿਹੜੀ ਜਗ੍ਹਾ ਤੇ ਹੋ ਰਹੀ ਸ਼ਾਦੀ ਜਨਾਬ ਹਾਂਜੀ ਪਿੰਡ ਮੇਰਾਂ ਚ ਹੈ ਮਹਬਤ ਇਹ ਜਾਂ ਮਾਂ ਪਿਓ ਦੀ ਮਰਜ਼ੀ ਦੀ ਮਹਬਤ ਦੇ ਕਿਆ ਬਾਤ ਹੈ ਮੁੰਡਾ ਸਾਹਿਬ ਤੁਸੀਂ ਤੇ ਬੜੇ ਸ਼ੁਭ ਰਸਮ ਨਿਖਾਣ ਸਰਕਾਰ ਮਾਂ ਪਿਓ ਦੀ ਵੀ ਜਨਾਬਾਂ ਖੁਸ਼ ਅੱਛਾ ਅੱਛਾ ਮਾ ਲਓ ਜੀ ਮਿਰਜ਼ਾ ਸਾਹਿਬ ਦੀ ਗੁੱਤੂ ਬਹੁਤ ਹੀ ਅੱਛੀ ਸੀ ਬਹੁਤ ਹੀ ਪਿਆਰੀ ਸੀ ਤੁਸੀਂ ਵੀ ਸੁਣਦੇ ਤੇ ਆਓ ਇਹਨਾਂ ਕੋ ਸਟੈਂਡ ਕਰਾਣੇ ਆ ਉਹ ਵੀ ਤੁਹਾਨੂੰ ਵਿਖਾਣੇ ਆ ਜਨਾਬ ਹਾਂਜੀ ਕੀ ਬਾਤ ਮਾਸ਼ਾਅੱਲਾ ਉਹਨਾ ਮਾਲੇ ਜਨਾ ਤੁਹਾਡੇ ਤਰ੍ਹਾਂ ਬਾਜ ਚੋ ਛੜੀ ਨੇ ਪੀ ਛੜੀ ਨੇ ਦੋ ਦੋ ਇਹੋ ਜਰਾ ਸਟੈਂਡ ਕਰੀਏ ਜਰਾ ਪਤਾ ਲੱਗੇ ਹੈ ਮਾਸ਼ਾ ਅੱਲਾ ਮਾਲਸ ਹੈ ਨਾ ਆਪਣਾ ਹਾਂ ਲੋ ਜੀ ਮਿਰਜ਼ਾ ਸਾਹਿਬ ਤੁਹਾਨੂੰ ਸਟੈਂਡ ਕਰਕੇ ਬਹਾਰ ਰਹੇ ਨੇ ਜਨਾਬ ਇਹ ਤਕਰੀਬਨ ਮਿਰਜ਼ਾ ਸਾਹਿਬ ਦੇ ਨਾਲ ਕਿੰਨਾ ਵਜ਼ਨ ਹੈ ਦੋ ਮਾਨ ਹੋ ਜਾਂਦਾ ਇਹ ਤਕਰੀਬਨ ਦੋ ਮਾਨ ਵਜ਼ਨ ਹੈ ਜਨਾਬ ਤੇ ਮਿਰਜ਼ਾ ਸਾਹਿਬ ਜਨਾਬ ਤੁਹਾਨੂੰ ਚੱਕ ਕੇ ਜਹਾਣ ਦੇ ਤਹੋ ਜੀ ਮਿਕਾ ਫਾਜਰਾ ਕੀ ਬਾਤ ਹੈ ਜਜ਼ਾਬ ਦਾ ਆ ਜਿੰਦਾਬਾਦ ਮਿਰਜ਼ਾ ਸਾਹਿਬ ਜਿੰਦਾਬਾਦ ਓਏ ਹੋਏ ਹੋਏ ਕਮਾਲ ਕਮਾਲ ਕਿਆ ਕਹਨੇ ਜੀ ਕਿਆ ਕਹਨੇ ਗੋਟੋ ਕੈਮਰਸਾ ਸਭ ਗੋਟੋ ਗਿਆ ਆਂਦੇ ਖੱਲੇ ਆਂਦੇ ਨਾ ਚੈੱਕ ਕਰੇ ਨਾ ਜਰਾ پوری ਚੌਕਾ ਸੋ ਮਜ਼ਸਾਬ ਕੀ ਆ ਬਾਤ ਯਾਰ ਖਲਾਬੇ ਆ ਰਹੀ ਗੋਟੋ ਗਿਆ ਮੇਰਦਾ ਸਭ ਹੋਰੇ ਸੋ ਲਾਵਾ ਕੋਈ ਹੋਜੀ ਪੁਸ਼ਪ ਲਾਤਾ ਕੋਸ਼ੇ ਲਾਵੇ ਬਿਲਕੁਲ ਪੁਸ਼ਪ ਇਹ ਨੂੰ ਨਹੀਂ ਜੀ ਇਹ ਤਾਂ ਬੰਦਾ ਖਸੂਰੀ ਦਾ ਕਿਹੜਾ ਵਜ਼ਨ ਹੈਗਾ ਖਸੂਰੀ ਵਜ਼ਨ ਕਿੰਨਾ ਤੇਰਾ ਸਹੀ ਦੱਸ ਮੇਰੇ ਜਨਾਬ ਲ 56 ਕਿਲੋ 50 ਕਿਲੋ ਹਾਂਜੀ ਕਿਆ ਬਾਤ ਹੈ ਯਾਰ 55 ਕਿਲੋ ਚੌਕਰੀ ਜਿੰਦਾਬਾਦ ਜਿੰਦਾਬਾਦ ਯਾਰ ਸ਼ਹਾਜ਼ਾਦੇ ਕਿਆ ਬਾਤ ਹੈ ਹਾਂ ਹਾਂ ਚਲ ਓਏ ਸ਼ਹਾਜ਼ਾਦਾ ਮਿਰਜ਼ਾ ਜੀ ਸ਼ਹਾਜ਼ਾਦਾ ਕਮਾਲ ਕਰ ਦਿੱਤੀ ਜਨਾਬ ਕਮਾਲ ਕਰ ਦਿੱਤੀ ਹੈ ਕਿਆ ਬਾਤ ਹੈ ਮਿਰਜ਼ਾ ਸਾਹਿਬ ਕਿਆ ਬਾਤ ਹੈ ਯਾਰ ਕੋਈ ਐਡਾ ਆਸਾਨ ਨਹੀਂ ਹੈਗਾ ਜਿੰਨਾ ਮਿਰਜ਼ਾ ਸਾਹਿਬ ਕਰ ਰਹੇ ਨੇ ਇਹ ਕੋਈ ਆਸਾਨ ਨਹੀਂ ਕਿੰਨੇ ਹੋਗਾ ਨੇ ਇਹ ਜਨਾਬ ਇਹਦਾ 7 8 ਮਾਹ ਰਹੇ ਓਏ ਯਾਰ ਜਾਂਦੀ ਘਰ ਚੋਰ ਤੇ ਮਿਰਜ਼ਾ ਸਾਹਿਬ ਕਿੰਨੇ ਹੋਗਾ ਨੇ ਸਰ 10 ਹੋ ਗਏ ਨੇ 10 10 ਹੋ ਗਏ ਨੇ ਜੋਕ ਕੇ ਕਰਦੇ 52 ਕਿਲੋ ਵਜ਼ਨ ਕਸੂਰੀ ਸਾਹਿਬ ਦਾ ਜਨਾਬ ਜਲਚਾਨਿਆ ਦੋਸਤੋ ਜਿਉਂਦੇ ਰਹੋ ਵਸਦੇ ਰਹੋ ਸਲਾਮਤ ਰਹੋ